जी, रमनदीप कौर दी जो फीस भरी जा रही है वो पिछले 9वीं 10वीं 11वीं 12वीं उस तो बाद कोचिंग तो लैके हुण फिजियोथेरेपी जो कि 5 साल की होएगी इन्हां दी, है ना, उस दे लई लगातार संगत वालों सपोर्ट की जा रही है। ये थोड़ी एंडलैस सपोर्ट है जो बच्चे नूं इस हालातों चो जिथे वो स्टडी नहीं कर पा रहे सीगा उन्हों स्टडी करवाई जा रही है। इस तरह के बहुत सारे बच्चे सानू लगातार कॉन्टैक्ट कर रहे हैं। साडे फेसबुक पेज से जाके सानू कमेंट कर सकते हो जे तुहानू किसी फीस की सेवा में सहयोग चाहिए ना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਮਨਦੀਪ ਕੌਰ, ਵਿਲੇਜ ਭਾਲ ਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਹਾਂ ਅਤੇ ਸਰਵ ਇਮਿਊਨਿਟੀ ਸਰਵ ਗੋਡ ਜੋ ਚੈਰੀਟੇਬਲ ਟਰੱਸਟ ਹੈ ਮੇਰੀ 10th ਤੋਂ ਲੈ ਕੇ ਹੈਲਪ ਕਰ ਰਹੇ ਹਾਂ। ਪਹਿਲਾਂ ਉਹਨਾਂ ਨੇ ਮੇਰੀ +1+2 ਮੈਂ ਮੈਰੀਟੋਰੀਆ ਸਕੂਲ ਵਿੱਚ ਕੀਤੀ ਹੈ ਜਿਸ ਦੇ ਵਿੱਚੋਂ ਮੇਰੀ 73% ਆਏ ਸੀ ਅਤੇ ਮੈਂ ਮੈਰੀਟੋਰੀਆ ਸਕੂਲ ਪਟਿਆਲਾ ਤੋਂ ਕੀਤੀ ਹੈ ਅਤੇ ਉਸ ਦੇ ਵਿੱਚ ਜਦੋਂ ਹੋਸਟਲ ਵਗੈਰਾ ਦਾ ਥੋੜ੍ਹਾ ਬਹੁਤਾ ਜੋ ਮੇਰਾ ਖਰਚਾ ਆਉਂਦਾ ਸੀ ਸਰਵ ਇਮਿਊਨਿਟੀ ਸਰਵ ਗੋਡ ਚੈਰੀਟੇਬਲ ਟਰੱਸਟ ਨੇ ਉਸ ਦੇ ਵਿੱਚ ਮਤਲਬ ਮੇਰੀ ਹੈਲਪ ਕੀਤੀ ਅਤੇ ਉਸ ਤੋਂ ਬਾਅਦ ਮੈਂ ਨੀਟ ਦੀ ਪ੍ਰੈਪਰੇਸ਼ਨ ਕਰਨੀ ਚਾਹੀ ਪਰ ਘਰ ਦੇ ਹਾਲਾਤ ਦੇਖ ਕੇ ਮਤਲਬ ਇੰਨੀ ਜ਼ਿਆਦਾ ਫੀਸ ਹੈ ਲੱਖਾਂ ਦੇ ਵਿੱਚ ਤਾਂ ਮਤਲਬ ਮੇਰੀ ਥੋੜ੍ਹੀ ਜਿਹੀ ਹਿੰਮਤ ਮਤਲਬ ਢਹਿ ਗਈ ਸੀ ਅਤੇ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਸੰਸਥਾ ਵਾਲਿਆਂ ਨਾਲ ਤਾਂ ਇਹਨਾਂ ਨੇ ਮਤਲਬ ਮੇਰੀ ਹੈਲਪ ਕੀਤੀ ਕੋਚਿੰਗ ਲੈਣ 'ਚ। ਕੋਚਿੰਗ ਤਾਂ ਪਰ ਮੈਨੇ ਲੈ ਲਈ ਪਰ ਮੇਰੇ ਥੋੜ੍ਹੇ ਜਿਹੇ ਮਾਰਕਸ ਘੱਟ ਹੋਣ ਕਰਕੇ ਆਯੁਰਵੇਦਾ ਦੇ ਵਿੱਚ ਐਡਮਿਸ਼ਨ ਮਿਲ ਰਹੀ ਸੀ। ਆਯੁਰਵੇਦਾ ਮਤਲਬ ਮੇਰੇ ਮਨ ਨੂੰ ਨਹੀਂ ਸਹੀ ਲੱਗਿਆ ਇਸ ਲਈ ਮੈਨੇ ਫਿਰ BPT ਕੋਰਸ ਦੇ ਵਿੱਚ ਅਪਲਾਈ ਕੀਤਾ ਜਿਸ ਦੇ ਵਿੱਚ ਮੈਂ ਬਾਬਾ ਫਰੀਦ ਯੂਨੀਵਰਸਿਟੀ ਦਾ ਬੈਚਲਰ ਆਫ ਫਿਜ਼ੀਓਥੈਰੇਪੀ ਦੇ ਵਿੱਚ ਅਪਲਾਈ ਕੀਤਾ ਅਤੇ ਫਿਰ ਮੈਂ ਬਾਬਾ ਫਰੀਦ ਯੂਨੀਵਰਸਿਟੀ ਦਾ ਮਤਲਬ ਫੋਰਮ ਫਿਲਅਪ ਕੀਤਾ ਤਾਂ ਉਸ ਦੇ ਵਿੱਚ ਮੈਨੂੰ ਗਿਆਨ ਸਾਗਰ ਕਾਲਜ ਅਲੋਟ ਹੋਇਆ ਅਤੇ ਹੁਣ ਮੇਰੀ ਫੀਸ ਜਿਹੜੀ ਗਿਆਨ ਸਾਗਰ ਦੀ ਹੈ ਸਾਲ ਦੀ 70,000 ਹੈ। ਮਤਲਬ ਉਹ ਵੀ ਮਤਲਬ ਮੇਰੇ ਘਰ ਦੇ, ਬਸ ਮੇਰੇ ਪਾਪਾ ਮਤਲਬ ਕਾਲਜ ਦੇ ਵਿੱਚ ਕੰਮ ਕਰਦੇ ਨੇ ਜਿੱਥੇ ਉਹਨਾਂ ਦੀ ਤਨਖਾਹ 7,000 ਹੀ ਆ ਅਤੇ ਮੇਰੇ ਹੋਰ 2 ਭੈਣ ਭਰਾ ਨੇ ਅਤੇ ਮਤਲਬ ਉਹ ਵੀ ਪੜ੍ਹਦੇ ਆ ਅਤੇ ਉਸਦੇ ਕਰਕੇ ਨਾ ਮੇਰੀ ਫੀਸ ਮਤਲਬ 70,000 ਉਹ ਨਹੀਂ ਦੇ ਸਕਦੇ। ਇਸ ਕਰਕੇ ਮੈਂ ਸਰਵ ਯੂਨਿਟੀ ਸਰਵ ਗਿਆਨ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੀ ਫੀਸ ਭਰਨ ਵਿੱਚ ਹੈਲਪ ਕਰਨ ਅਤੇ ਜੋ ਉਹਨਾਂ ਨੇ ਮੇਰੇ ਲਈ ਪਹਿਲਪ ਕੀਤਾ ਉਸਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਉਹ ਸੰਗਤ ਜੀ, ਇਹ ਤੁਹਾਡੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚੱਲਦੀਆਂ ਲਗਾਤਾਰ ਜੋ SSSC ਦਾ ਪਲੇਟਫਾਰਮ ਹੈ। ਬਹੁਤ ਸਾਰੇ ਬੱਚੇ ਮੁੰਡੇ ਕੁੜੀਆਂ ਇਹਨਾਂ ਵੀਡੀਓਜ਼ ਨੂੰ ਦੇਖ ਰਹੇ ਹੋਣਗੇ, ਹੈ ਨਾ, ਔਰ ਜ਼ਿੰਦਗੀ ਦੇ ਵਿੱਚ ਆਰਥਿਕ ਹਾਲਾਤਾਂ ਕਰਕੇ ਪੜ੍ਹਾਈ ਨਹੀਂ ਕਰ ਪਾ ਰਹੇ ਹੋਣਗੇ ਨਾ। ਜਿਵੇਂ ਬੱਚੇ ਨੇ ਦੱਸਿਆ ਹੈ ਕਿ ਤੁਸੀਂ ਸਾਨੂੰ ਇੰਟਰਨੈਟ 'ਤੇ ਸਰਚ ਕਰ ਸਕਦੇ ਹੋ, ਸਰਵ ਹਿਊਮੈਨਿਟੀ ਸਰਵ ਗੋਡ ਲਿਖੋਗੇ ਗੂਗਲ 'ਤੇ, ਸਾਡਾ ਫੇਸਬੁੱਕ ਪੇਜ, ਇੰਸਟਾਗ੍ਰਾਮ ਔਰ ਯੂਟਿਊਬ ਹੈਗਾ, ਤੁਸੀਂ ਸਾਨੂੰ ਉੱਥੇ ਮੈਸੇਜ ਕਰ ਸਕਦੇ ਹੋ ਨਾ। ਜੇ ਤੁਸੀਂ ਪੜ੍ਹਨ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ ਅਤੇ ਤੁਹਾਨੂੰ ਫੀਸ ਦੇ ਵਿੱਚ ਸਹਿਯੋਗ ਚਾਹੀਦਾ, ਤੁਸੀਂ ਸਾਨੂੰ ਜ਼ਰੂਰ ਮੈਸੇਜ ਕਰ ਸਕਦੇ ਹੋ। ਔਰ 70,000 ਰੁਪਏ ਫੀਸ ਦੀ ਇਸ ਸਾਲ ਦੇ ਬੱਚੇ ਦੀ ਬਣਦੀ ਸੀ, ਉਹ ਵੀ ਸੰਗਤ ਨੇ ਆਪਣੇ ਵੱਲੋਂ ਸਪੋਂਸਰ ਕੀਤੀ ਹੈ। ਸੋ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਹੈ ਜੋ SSSC ਪਲੇਟਫਾਰਮ ਨੂੰ ਬੜੇ ਜਨਰਸ ਔਰ ਕੰਪੈਸ਼ਨੇਟ ਸੋਲਸ ਹੈਗੀਆਂ ਜੋ ਲਗਾਤਾਰ ਸਪੋਰਟ ਕਰਦੀਆਂ। ਸੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਰੱਬ ਰੂਪੀ ਜੋ ਲਗਾਤਾਰ ਸਪੋਰਟ ਕਰ ਰਹੇ ਹਾਂ। ਇਸ ਸਾਲ ਦਾ ਐਨੂਅਲ ਚੈੱਕ ਜੋ 70,000 ਰੁਪਏ ਦਾ ਉਹ ਰਮਨਦੀਪ ਨੂੰ ਐਕਸਟੈਂਡ ਕਰ ਰਹੇ ਹਾਂ। ਸੋ ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਗੁਜ਼ਾਰਿਸ਼ ਹੈ ਕਿ ਇਹਨਾਂ ਪੋਜ਼ਿਟਿਵ ਮੈਸੇਜਿਸ ਨੂੰ, ਇਹਨਾਂ ਵੀਡੀਓਜ਼ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਕੋਈ ਲੋੜਵੰਦ ਬੱਚਾ ਜਿਹਨੂੰ ਪੜ੍ਹਾਈ ਦੇ ਵਿੱਚ ਸੇਵਾ ਸਹਿਯੋਗ ਦੀ ਲੋੜ ਹੈ ਸਾਨੂੰ ਕੰਟੈਕਟ ਜ਼ਰੂਰ ਕਰ ਸਕੇ। ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।